ਆ ਦੇਖ ਲਓ, ਨਵੇਂ ਸਾਲ ਤੋਂ ਪਹਿਲਾਂ ਹੀ ਵੱਡਾ ਕਾਂਡ ਹੋ ਗਿਆ। ਟ੍ਰੇਨ ਦਾ ਡੱਬਾ ਪੁਲ ਤੋੜਦਾ ਹੋਇਆ ਬਾਜ਼ਾਰ ਦੇ ਵਿੱਚ ਵੱਜ ਗਿਆ। ਤਾਂ ਦੱਸ ਦਈਏ ਕਿ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਟ੍ਰੇਨ ਦਾ ਪੁਰਾਣਾ ਡੱਬਾ ਟਰੱਕ 'ਤੇ ਧਰ ਕੇ ਕਿਤੇ ਲੈ ਕੇ ਜਾਇਆ ਜਾ ਰਿਹਾ ਸੀ। ਤਾਂ ਰਾਹ ਦੇ ਵਿੱਚ ਡਰਾਈਵਰ ਦਾ ਸੰਤੁਲਨ ਮੋੜ 'ਤੇ ਅਚਾਨਕ ਵਿਗੜ ਜਾਂਦਾ ਹੈ, ਜਿਸ ਤੋਂ ਬਾਅਦ ਇਹ ਹਾਦਸਾ ਹੋਇਆ। ਪੂਰਾ ਡੱਬਾ ਉਲਟ ਗਿਆ, ਟਰੱਕ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ, ਪਰ ਟਰੱਕ ਦਾ ਜਿਹੜਾ ਚਾਲਕ ਸੀ ਉਹ ਬਚ ਗਿਆ ਹੈ। ਤਾਂ ਦੱਸ ਦਈਏ ਕਿ ਵੱਡੀ ਖਬਰ ਹੈ, ਨਵੇਂ ਸਾਲ ਤੋਂ ਪਹਿਲਾਂ ਹੀ ਇਹ ਵੱਡਾ ਹਾਦਸਾ ਹੋਇਆ ਹੈ। ਦੇਖ ਸਕਦੇ ਹੋ ਤਸਵੀਰਾਂ ਕਿਵੇਂ ਭੀੜ ਇਕੱਠੀ ਹੋਈ ਹੋਈ ਹੈ। ਟ੍ਰੇਨ ਦਾ ਡੱਬਾ ਵਿੱਚ ਬਾਜ਼ਾਰ ਦੇ ਪਿਆ ਹੋਇਆ ਹੈ, ਕਰੇਨਾਂ ਮੰਗਾਈਆਂ ਗਈਆਂ ਨੇ, ਪਰ ਕਰੇਨ ਆਉਣ ਦੇ ਵਿੱਚ ਟਾਈਮ ਲੱਗ ਰਿਹਾ ਹੈ, ਜਿਸ ਕਰਕੇ ਸੜਕ 'ਤੇ ਜਾਮ ਵੀ ਲੱਗਿਆ। ਇਸ ਕੰਟੇਨਰ 'ਤੇ, ਇਸ ਟਰੱਕ 'ਤੇ ਧਰ ਕੇ ਇਸ ਡੱਬੇ ਨੂੰ ਡੰਪ ਕਰਨ ਲਈ ਲੈ ਕੇ ਜਾਇਆ ਜਾ ਰਿਹਾ ਸੀ, ਤਾਂ ਰਾਹ ਦੇ ਵਿੱਚ ਇਹ ਹਾਦਸਾ ਵਾਪਰ ਗਿਆ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਪਾਗਲਪੁਰ ਦੀਆਂ, ਜਿੱਥੇ ਇੱਕ ਟ੍ਰੇਨ ਦਾ ਡੱਬਾ ਸਟੇਸ਼ਨ ਦੇ ਕੋਲ ਪੁਲ ਤੋੜਦਾ ਹੋਇਆ ਵਿੱਚ ਬਾਜ਼ਾਰ ਦੇ ਜਾ ਵੜਿਆ ਹੈ। ਤਾਂ ਦੱਸ ਦਈਏ ਕਿ ਆਫਤ ਮੱਚ ਗਈ ਹੈ, ਲੋਕ ਘਬਰਾ ਗਏ ਨੇ, ਕਿਉਂਕਿ ਲੋਕਾਂ ਦੀ ਦੁਕਾਨਾਂ 'ਤੇ ਵੀ ਨੁਕਸਾਨ ਪਹੁੰਚਿਆ ਹੈ। ਇਹ ਜਿਹੜੀ ਘਟਨਾ ਦੀ ਵੀਡੀਓ ਹੈ ਇਹ ਕਾਫ਼ੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਟ੍ਰੇਨ ਦਾ ਡੱਬਾ ਪਲਟ ਗਿਆ ਹੈ, ਅਚਾਨਕ ਹੀ ਟ੍ਰੇਨ ਦਾ ਜਿਹੜਾ ਡੱਬਾ ਹੈ ਉਹ ਪਲਟ ਜਾਣ ਦੇ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ, ਕਿਉਂਕਿ ਜਿਹੜਾ ਟਰੱਕ ਡਰਾਈਵਰ ਹੈ ਉਹ ਕਾਫ਼ੀ ਤੇਜ਼ੀ ਦੇ ਨਾਲ ਟਰੱਕ ਨੂੰ ਲੈ ਕੇ ਆ ਰਿਹਾ ਸੀ। ਮੋੜ 'ਤੇ ਉਸਦਾ ਸੰਤੁਲਨ ਵਿਗੜਦਾ ਹੈ, ਜਿਸ ਤੋਂ ਬਾਅਦ ਇਹ ਹਾਦਸਾ ਹੋਇਆ ਅਤੇ ਪੂਰਾ ਡੱਬਾ ਹੀ ਉੱਟ ਗਿਆ। ਤਾਂ ਦੇਖੋ ਇਹ ਤਸਵੀਰਾਂ ਜੋ ਭਾਗਲਪੁਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਨਵੇਂ ਸਾਲ ਤੋਂ ਪਹਿਲਾਂ ਪਲਟ ਗਿਆ ਟ੍ਰੇਨ ਦਾ ਡੱਬਾ। Thank you.